ਸ੍ਰੀ ਦਾਗ ਮਹੱਲਾ ਪਹਿਲਾ ਸੋ ਇਸ ਪ੍ਰਕਾਰ ਮਹਾਰਾਜ ਕੋਲ ਆ ਕੇ ਬੇਨਤੀ ਜਿਵੇਂ ਕਿਸੇ ਨੇ ਕੀਤੀ ਜਗਿਆਸੂ ਨੇ ਕਿ ਮਹਾਰਾਜ ਸਿਫਤ ਕਰਨ ਵਾਲਾ ਮਨੁੱਖ ਵਾਹਿਗੁਰੂ ਵਿੱਚ ਕਿਵੇਂ ਲੀਨ ਹੋ ਜਾਂਦਾ ਹੈ ਇਹ ਤਾਂ ਦੱਸੋ ਜੀ ਜੇ ਤੁਸੀਂ ਕਹਿੰਦੇ ਹੋ ਕਿ ਪ੍ਰਮਾਤਮਾ ਵਿੱਚ ਵਾਹਿਗੁਰੂ ਵਿੱਚ ਜਿਵੇਂ ਬੰਦਾ ਲੀਨ ਹੁੰਦਾ ਤੂੰ ਤੂੰ ਕਰਤਾ ਤੂੰ ਹੂਆ ਮੁਜ ਮੈਂ ਰਹਾ ਨਾ ਹੂੰ ਵਾਹਿਗੁਰੂ ਵਾਹਿਗੁਰੂ ਕਰਦਾ ਵਾਹਿਗੁਰੂ ਰੂਪ ਹੋ ਜਾਂਦਾ ਹੈ ਪਾਣੀ ਵਾਂਗੂ ਮਿਲ ਜਾਂਦਾ ਹੈ ਇਹ ਕਿਵੇਂ ਮਿਲ ਜਾਂਦਾ ਕੋਈ ਉਦਾਹਰਨ ਦੱਸੋ ਕਿਰਪਾ ਕਰਕੇ ਮਹਾਰਾ ਸੱਚੇ ਬਾਦਸ਼ਾਹ ਕਹਿਣ ਲੱਗੇ ਤਾਤ ਮਿਲੈ ਫੁਨ ਤਾਤ ਕਾ ਸਿਫਤੀ ਸਿਫਤ ਸਮਾਏ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਬਾਦਸ਼ਾਹ ਮਹਾਰਾਜ ਫਰਮਾਉਂਦੇ ਨੇ ਕਿ ਵਾਹਿਗੁਰੂ ਦੀ ਸਿਫਤ ਕਰਨ ਵਾਲਾ ਜਿਹੜਾ ਉੱਤਮ ਅਧਿਕਾਰੀ ਆ ਨਾ ਸਿਫਤੀ ਕੌਣ ਹੈ ਸਿਫਤ ਜਿਹਦੀ ਕਰਦੇ ਆ ਪ੍ਰਮਾਤਮਾ ਦੀ ਸਿਫਤੀ ਸਿਫਤ ਸਮਾਏ ਪਰਮਾਤਮਾ ਵਿੱਚ ਇਉਂ ਭੇਦ ਹੁੰਦਾ ਭਾਈ ਜਿਵੇਂ ਧਾਤ ਮਿਲੈ ਫਨ ਧਾਤ ਕੋ ਧਾਤ ਹੁੰਦੀ ਜਿਵੇਂ 8 ਧਾਤਾਂ 7 ਧਾਤਾਂ ਨਿਕਲਦੀਆਂ ਨੇ ਸੋ ਇਸ ਤਰ੍ਹਾਂ ਜਿਵੇਂ ਲੋਹਾ ਸੋਨਾ ਤਾਂਬਾ ਇਹ ਸਾਰੀਆਂ ਧਾਤਾਂ ਪਿੰਗਲ ਕੇ ਮੰਗਲ ਆਧਈਏ ਜੇ ਧਾਤਾਂ ਦੇ ਵਿੱਚ ਧਾਤ ਮਿਲ ਜਾਂਦੀ ਹੈ ਇੱਕ ਦੂਜੇ ਨਾਲ मिक्स ਹੋ ਜਾਂਦੀ ਬਿਲਕੁਲ ਪਤਾ ਇਹਨਾਂ ਲੱਗਦਾ ਸੋਨੇ 'ਚ ਤਾਂਬਾ ਮਿਲਾਮਲਾ ਵੇਚੀ ਜਾਂਦੇ ਨੇ ਇਹ ਵੀ ਤਾਂ ਹੈ ਨਾ ਧਾਤਾਂ ਦਾ ਮਿਲਣਾ ਆਪਸ ਵਿੱਚ ਪਿੱਤਲ ਪਾ ਦਿਓ ਪੰਗੜਾ ਕੇ ਵਿੱਚ ਹੀ ਮਿਲ ਜਾਂਦਾ ਕਹਿੰਦੇ ਇਸੇ ਤਰ੍ਹਾਂ ਜਿਹੜੀ ਧਾਤ ਹੈ ਨਾ ਮਾਇਆ ਧਾ ਜਾਣ ਵਾਲੀ ਮਾਇਆ ਨੂੰ ਜਿਵੇਂ ਮਾਇਆ ਮਿਲਦੀ ਹੈ ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹੱਥ ਤੁਲਸੀ ਦਾਸ ਗਰੀਬ ਕੀ ਕੋਈ ਨਾ ਪੁੱਛੇ ਬਾਤ ਮਾਇਆ ਨੂੰ ਮਾਇਆ ਮਿਲਦੀ ਹੈ ਮਾਇਆ ਧਾਰੀ ਪੁਰਸ਼ ਮਾਇਆ ਵਖੇ ਜਿਵੇਂ ਆ ਭੇਦ ਹੁੰਦਾ ਦੇਖਿਆ ਨਾ ਮਾਇਆ ਚ ਹੀ ਲੀਨ ਮਾਇਆ ਧਾਰੀ ਪੁਰਸ਼ ਮਹਾਰਾਜ ਕਹਿਣ ਲੱਗੇ ਮਹਾਰਾ ਨੇ ਫਰਮਾਨ ਕੀਤਾ ਕਿ ਇਹ ਜਿਹੜਾ ਮਾਇਆ ਧਾਰੀ ਮਾਇਆ ਨੂੰ ਹਿਰਦੇ ਚ ਧਾਰਨ ਕਰਕੇ ਤੁਰਿਆ ਫਿਰਦਾ ਹੁਣ ਮਾਇਆ ਧਾਰੀ ਕੋਈ ਜ਼ਰੂਰੀ ਨਹੀਂ ਪੈਸੇ ਵਾਲਾ ਹੀ ਮਾਇਆ ਧਾਰੀ ਹੁੰਦਾ ਰਾਜਾ ਜਨਕ ਵੀ ਤਾਂ ਹੋਇਆ ਉਹਨੂੰ ਮਾਇਆ ਧਾਰੀ ਕਹਿੰਦੇ ਕਿਉਂਕਿ ਜਿਨ੍ਹਾਂ ਨੇ ਮਾਇਆ ਨੂੰ ਧਾਰਨ ਕੀਤਾ ਹਿਰਦੇ 'ਚ ਉਹਨੂੰ ਮਾਇਆ ਧਾਰੀ ਕਹਿੰਦੇ ਸੁੱਤੇ ਮਾਇਆ ਜਾਗਦੇ ਮਾਇਆ ਬੈਠੇ ਮਾਇਆ ਉੱਠਦੇ ਮਾਇਆ ਸੋ ਜਿਵੇਂ ਰਾਤ ਵੀ ਕਥਾ ਚਾਹ ਬਾਬਾ ਕਲਿਆਣ ਚੰਦ ਜੀ ਦਾ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦਿੱਤੇ ਫਿਰ ਉਹ ਸੱਚੇ ਸੌਦੇ 'ਚ ਲਾਏ ਖਰਾ ਸੌਦਾ ਕਰਤਾ ਕਿੰਨਾ ਰੌਲਾ ਪਿਆ ਫਿਰਦਾ 20 ਰੁਪਈਆ ਦਾ ਰਾਇ ਬਲਾਰ ਜੀ ਨੇ ਕਿੰਨਾ ਸਮਝਾਇਆ ਕਿ ਤੁਸੀਂ ਤਾਂ ਹਮੇਸ਼ਾ ਬਸ ਮਾਇਆ ਦੀ ਗੱਲ ਹੀ ਕਰਦੇ ਹੋ ਸੁੱਤੇ ਜਾਗਦੇ ਬੈਠਦੇ ਉੱਠਦੇ ਤੁਹਾਨੂੰ ਤਾਂ ਇਹ ਬਸ ਆਜੇ ਆਜੇ ਜਾਵੇ ਨਾ ਇਸ ਕਰਕੇ ਮਹਾਰਾਜ ਕਹਿੰਨੇ ਨੇ ਮਾਇਆ ਵਿੱਚ ਗਲਤਾਨ ਹੈ ਮਾਇਆ ਦਾ ਜੀਵ ਜਿਵੇਂ ਰਕਤ ਬੀਜ ਰੂਪ ਧਾਤ ਹੈ ਤੇ ਪੈਦਾ ਹੋਏ ਹੋਏ ਬੱਚੇ ਬੱਚੀਆਂ ਮਾਤਾ ਪਿਤਾ ਦੀ ਇਸ ਤਰੀਕੇ ਨਾਲ ਢੰਗ ਨਾਲ ਮਾਂ ਕੀ ਰਕਤ ਪਿਤਾ ਬਿਨ ਧਾਰਾ ਦੇ ਢੰਗ ਨਾਲ ਹੀ ਪੈਦਾ ਹੁੰਦੇ ਨੇ ਉਹ ਮਾਪਿਆਂ ਦੀ ਸ਼ਕਲ ਉੱਤੇ ਜਾਂਦੇ ਨੇ ਉਸੇ ਪ੍ਰਕਾਰ ਵਾਹਿਗੁਰੂ ਦੀ ਸਿਫਤ ਕਰਨ ਵਾਲੇ ਗੁਰਮੁਖ ਵਾਹਿਗੁਰੂ ਵਿੱਚ ਅਭੇਦ ਹੋ ਕੇ ਵਾਹਿਗੁਰੂ ਉੱਤੇ ਹੀ ਚਲੇ ਜਾਂਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿਹਾ ਜ ਪਰਮਾਤਮਾ ਉਹ ਹੀ ਉਹਦੇ ਬੱਚੇ ਕਹਿੰਦੇ ਇਹ ਤਾਂ ਰੱਬ ਰੂਪ ਹੈ ਭਾਈ ਬਸ ਲੋਕੀ ਕਹਿਣ ਲੱਗ ਜਾਂਦੇ ਨੇ ਇਹ ਕਿਉਂ ਕਹਿੰਦੇ ਨੇ ਲੋਕੀ ਕਿਉਂ ਕਹਿੰਦੇ ਨੇ ਕਿ ਰੱਬ ਰੂਪ ਹੈ ਉਹ ਇਸੇ ਕਰਕੇ ਕਿਉਂਕਿ ਰੱਬ ਦਾ ਪੁੱਤ ਹੈ ਕਲਗੀਆਂ ਵਾਲੇ ਦਾ ਪੁੱਤਰ ਹੈ ਉਹਦਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਕਹਿੰਦੇ ਜਿਹੜਾ ਵਾਹਿਗੁਰੂ ਦੀ ਸਿਫਤ ਕਰਦਿਆ ਨਾ ਉਹਨਾਂ ਨੂੰ ਮੰਨ ਕਰਕੇ ਲਾਲ ਰੰਗ ਚੜ੍ਹਿਆ ਹੈ ਸਿਫਤ ਕਰਦਿਆਂ ਕਰਦਿਆਂ ਫੇਰ ਜ਼ੁਬਾਨ ਕਰਕੇ ਵੀ ਉਹ ਲਾਲ ਰੰਗ ਦੇ ਹੀ ਬਚਨ ਕਰਦੇ ਨੇ ਬਸ ਹੁਣ ਨਾਮ ਬਾਣੀ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦੇ ਤਨ ਕਰਕੇ ਵੀ ਗੈਭਰਾ ਉਹਨਾਂ ਨੂੰ ਗੂੜਾ ਸੱਚਾ ਨਾਮ ਦਾ ਰੰਗ ਚੜ ਗਿਆ ਲਾਲ ਗੁਲਾਲ ਤੇ ਗੈਭਰਾ ਗੈਭਰਾ ਤੋਂ ਮਤਲਬ ਗੂੜਾ ਲਾਲ ਰੰਗ ਜੋ ਚੜਿਆ ਹੈ ਉਹਨਾਂ ਨੂੰ ਮੰਨ ਕਰਕੇ ਗੁਲਾਲ ਚੜਿਆ ਹੈ ਜ਼ੁਬਾਨ ਕਰਕੇ ਬਾਣੀ ਕਰਕੇ ਗੈਭਰਾ ਚੜਿਆ ਹੈ ਗੂੜਾ ਰੰਗ ਉਹਨਾਂ ਨੂੰ ਇਸ ਕਰਕੇ ਗੂੜਾ ਸੱਚੇ ਦਾ ਰੰਗ ਚੜ ਗਿਆ ਉਹਨਾਂ ਨੂੰ ਸਰੀਰ ਕਰਕੇ ਇਸ ਲੋਕ ਦੇ ਪਦਾਰਥਾਂ ਦੀ ਇੱਛਾ ਤਿਆਗਣ ਕਰਕੇ ਲਾਲ ਰੰਗ ਚੜਿਆ ਸਵਰਗ ਲੋਕ ਦੇ ਪਦਾਰਥਾਂ ਦੀ ਇੱਛਾ ਤਿਆਗਣ ਕਰਕੇ ਗੁਲਾਲ ਰੰਗ ਚੜਿਆ ਬ੍ਰਹਮ ਲੋਕ ਦੇ ਪਦਾਰਥਾਂ ਦੀ ਇੱਛਾ ਤਿਆਗਣ ਕਰਕੇ ਗਹਿਬਰਾ ਚੜ ਗਿਆ ਗੂੜੇ ਸੱਚੇ ਰੰਗ ਦਾ ਚੜਾਓ ਚੜ ਗਿਆ ਉਹਨਾਂ ਦੇ ਉੱਤੇ ਕਿਵੇਂ ਚੜਿਆ ਜੀ ਸਾਨੂੰ ਵੀ ਜੇ ਤਰੀਕਾ ਦੱਸ ਦਿਓ ਕੋਈ ਮਹਾਰਾ ਸੱਚੇ ਪਾਤਸ਼ਾਹ ਕਨ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਕਹਿੰਦੇ ਪਈ ਪਹਿਲਾਂ ਨਾ ਬਾਣੀ ਨੂੰ ਕੰਨਾਂ ਨਾਲ ਸੁਣੇ ਸਰਵਣ ਕਰੇ ਫੇਰ ਬੰਦੇ ਨੂੰ ਹੌਲੀ ਹੌਲੀ ਅੰਦਰ ਲਾਲ ਰੰਗ ਚੜਦਾ ਫੇਰ ਬਾਣੀ ਦਾ ਜਦੋਂ ਮੰਨਣ ਕਰੇ ਫਿਰ ਗੁਲਾਲ ਚੜਦਾ ਉਸ ਤੋਂ ਵੀ ਜ਼ਿਆਦਾ ਪੱਕਾ ਫੇਰ ਉਹਦੀ ਕਮਾਈ ਕਰਦਾ ਤਾਂ ਗੈਭਰਾ ਰੰਗ ਚੜਦਾ ਨਿਧਿਆਸਣ ਕਰਕੇ ਗੈਭਰਾ ਗੂੜਾ ਸੱਚਾ ਰੰਗ ਚੜ ਜਾਂਦਾ ਇਹ ਤਿੰਨ ਪ੍ਰਕਾਰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਫਿਰ ਇਸ ਕਰਕੇ ਕਹਿੰਦੇ ਨੇ ਹੋਰ ਕਿਵੇਂ ਚੜ ਸਕਦਾ ਕਹਿੰਦੇ ਫਿਰ ਦੇਖੋ ਜੇ ਕਰਮ ਕਰਨਾ ਕੋਈ ਬਾਣੀ ਪੜ੍ਹਨੀ ਆ ਕੋਈ ਸੇਵਾ ਕਰਨੀ ਆ ਕੋਈ ਦਾਨ ਕਰਨਾ ਹੋਰ ਤੁਹਾਨੂੰ ਦੱਸ ਦਿੰਦੇ ਨੇ ਤਰੀਕਾ ਕਿ ਛੇਤੀ ਕਿਵੇਂ ਚੜਦਾ ਕਹਿੰਦੇ ਨਿਸ਼ਕਾਮ ਕਰਨਾ ਕਰਮ ਕਰੋ ਬਸ ਸੇਵਾ ਕਰਤ ਹੋਏ ਨਿਹਕਾਮੀ ਦੇਸ ਕਾ ਹੋਤ ਪ੍ਰਾਪਤ ਸੁਆਮੀ ਕਹਿੰਦੇ ਨਿਸ਼ਕਾਮ ਕਰਮਾਂ ਦੇ ਕਰਨੇ ਕਰਕੇ ਜਿਹੜਾ ਲਾਲ ਰੰਗ ਚੜਿਆ ਫਿਰ ਉਪਾਸ਼ਨਾ ਦੇ ਕਰਨ ਨਾਲ ਗੁਲਾਲ ਰੰਗ ਚੜਿਆ ਤੇ ਬ੍ਰਹਮ ਗਿਆਨ ਕਰਕੇ ਗਹਿਬਰਾ ਗੂੜਾ ਰੰਗ ਚੜ ਗਿਆ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਰੰਗ ਚੜਦਾ ਹੈ ਪਰ ਤਰੀਕੇ ਨਾਲ ਸ਼ਰਵਣ ਮੰਨਨ ਨਿਧਿਆਸਨ ਕਰਕੇ ਸੱਚ ਮਿਲੈ ਸੰਤੋਖੀਆਂ ਹਰ ਜਪ ਏਕੈ ਪਾਏ ਕਹਿੰਦੇ ਜਿਵੇਂ ਲਾਭ ਓਵੇਂ ਸੰਤੁਸ਼ਟ ਹੋ ਜੀ ਬਸ ਜਥਾ ਲਾਭ ਤਥਾ ਸੰਤੁਸ਼ਟ ਰਹਿਣ ਵਾਲੇ ਸੰਤੋਖੀਆਂ ਨੂੰ ਸੱਚਾ ਵਾਹਿਗੁਰੂ ਮਿਲਦਾ ਹੈ ਜਿੰਨਾ ਸੰਤੋਖੀਆਂ ਨੇ ਏਕੈ ਪਾਏ ਇੱਕ ਰਸ ਇੱਕ ਪ੍ਰੇਮ ਨਾਲ ਨਾਮ ਜਪਿਆ ਇਹ ਮਨ ਹਰ ਜੀ ਤੇ ਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਭਾਈ રે ਸੰਤ ਜਨਾ ਕੀ ਰੈਣ ਹੈ ਭਾਈ ਜਿਹੜੇ ਪੂਰਨ ਸੰਤ ਮਹਾਤਮਾ ਹੁੰਦੇ ਨੇ ਨਾ ਉਹਨਾਂ ਦੀ ਧੂੜੀ ਗ੍ਰਹਿਣ ਕਰੋ ਚਰਨ ਧੋਵੋ ਚਰਨ ਸਾਫ ਕਰੋ ਬ੍ਰਹਮ ਗਿਆਨੀ ਦੇ ਜਿੱਥੋਂ ਡੋਲ ਡੋਲ ਪੈਂਦਾ ਨਾਮ ਦਾ ਰਸ ਲੋਕੀ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਅਸੀਂ ਹੋਰ ਨਹੀਂ ਕਿਸੇ ਨੂੰ ਮੰਨਦੇ ਪਏ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਮੰਨਦੇ ਮਹਾਰਾਜ ਦੀ ਪੰਗਤੀ ਨੂੰ ਮੰਨਦੇ ਸਤਿਗੁਰੂ ਕੀ ਕਹਿੰਦੇ ਭਾਈ ਦੇ ਸੰਤ ਜਿਨਾ ਕੀ ਰੇਣ ਇਹ ਨਹੀਂ ਕਿ ਮੈਂ ਸੰਤਾਂ ਨਾਲ ਰਿਹਾ ਜਾਂ ਮੈਂ ਬਹੁਤ ਸੰਤਾਂ ਦੀ ਸੰਗਤ ਕੀਤੀ ਮੈਂ ਤਾਂ ਕਹਿਣਾ ਮੈਨੂੰ ਛੱਡ ਦਿਓ ਜੋ ਗੁਰੂ ਨਾਨਕ ਸਾਹਿਬ ਦੀ ਤੁਕ ਕਹਿੰਦੀ ਉੱਥੇ ਖੜੋ ਮੈਨੂੰ ਵੀ ਕਹਿੰਦੇ ਆ ਤੁਹਾਨੂੰ ਵੀ ਕਹਿੰਦੇ ਆ ਸਾਂਝਾ ਉਪਦੇਸ਼ ਮਹਾਰਾਜ ਕਹਿੰਦੇ ਜੇ ਕੋਈ ਰੱਬ ਦਾ ਪਿਆਰਾ ਮਿਲ ਜਾਏ ਨਾ ਉਹਨਾਂ ਦੀ ਧੂੜ ਜ਼ਰੂਰ ਲਾਓ ਸੇਵਾ ਕਰਿਆ ਕਰੋ ਉਹਨਾਂ ਦੀ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਥੇਣ ਰਹਾਓ ਕਿਉਂਕਿ ਸੰਤ ਸਭਾ ਦੇ ਵਿੱਚੋਂ ਹੀ ਪੂਰਨ ਗੁਰੂ ਪ੍ਰਾਪਤ ਕਰੀਦੇ ਨੇ ਗੁਰੂ ਤੱਕ ਪਹੁੰਚਣ ਲਈ ਵੀ ਤਾਂ ਕੋਈ ਰਸਤਾ ਚਾਹੀਦਾ ਨਾ ਗੁਰੂ ਦੀ ਸੇਵਾ ਹੁਣ ਜੇ ਅਸੀਂ ਮਹਾਪੁਰਖਾਂ ਨਾਲ ਨਾ ਜਾਂਦੇ ਅਸੀਂ ਤਾਂ ਘਰੇ ਮੱਝਾਂ-ਮੁੱਝਾਂ ਚਾਰਦੇ ਹੁੰਦੇ ਸੀ ਨਾਲੇ ਪੜ੍ਹੀ ਜਾਣਾ ਨਾਲੇ ਮੱਝਾਂ ਚਾਰਨੀਆਂ ਦੁੱਧ ਵੇਚ ਦੇਣਾ ਤੇ ਇਸ ਕਰਕੇ ਮਾੜਾ ਮੋਟਾ ਪੜ੍ਹਾਈ ਦਾ ਖਰਚਾ ਵੀ ਕੱਢਣਾ ਸਾਨੂੰ ਕਿਥੇ ਅਕਲ ਸੀ ਢੇਲੇ ਦੀ ਅਕਲ ਨਹੀਂ ਸੀ ਕਦੇ ਵੀ ਗੁਰਦੁਆਰੇ ਨਹੀਂ ਸੀ ਗਏ ਛੋਟੀ ਉਮਰੇ ਕਿਉਂ ਘਰ ਦੇ ਨਹੀਂ ਕਦੇ ਗਏ ਪਿੰਡਾਂ ਪੁੰਡਾਂ 'ਚ ਰਹਿਣ ਵਾਲਿਆਂ ਨੂੰ ਸੰਗਰਾਦ ਨੂੰ ਜਾਂਦੇ ਬਸ ਮਾੜੀ ਮੋਟੀ ਦੇਗ ਲੈ ਲਈ ਸੰਗਰਾਦ ਨੂੰ ਟੜਕੇ 4 ਵਜੇ ਨਗਾਰਾ ਵੱਜ ਗਿਆ ਬਜ਼ੁਰਗ ਉੱਠ ਖੜੇ ਚਲੋ ਇੰਨਾ ਹੱਥ ਹੋਲੇ ਗੁਰਦੁਆਰੇ ਜਾਏ ਨਿਆਣਿਆਂ ਨੂੰ ਘਰੇ ਪ੍ਰਸ਼ਾਦ ਦੇਤਾ ਕੀ ਪਤਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਇਹ ਏਨੀ ਕਥਾ ਸੰਥਿਆ ਸੇਵਾ ਸਿਮਰਨਾ ਅਭਿਆਸ ਆ ਜਿੰਨਾ ਗਿਆਨ ਹੈ ਇਹ ਕਿੱਥੋਂ ਆ ਗਿਆ ਇਹ ਮਹਾਪੁਰਖਾਂ ਕੋਲ ਹੀ ਮਿਲਿਆ ਉਹਨਾਂ ਨੇ ਕਿੱਥੋਂ ਲਿਆ ਸੀ? ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਕਿੱਥੋਂ ਲਿਆ? ਉਹਨਾਂ ਨੇ ਸੰਤ ਗਿਆਨੀ ਗੁਰਵਜਨ ਸਿੰਘ ਜੀ ਖਾਲਸਾ ਤੋਂ ਲਿਆ। ਉਹਨਾਂ ਨੇ ਕਿੱਥੋਂ ਲਿਆ? ਸੰਤ ਸੁੰਦਰ ਸਿੰਘ ਜੀ ਖਾਲਸਾ ਤੋਂ ਲਿਆ। ਉਹਨਾਂ ਨੇ ਬਾਬਾ ਬਿਸ਼ਨ ਸਿੰਘ ਮਰਾਲੇ ਵਾਲਿਆਂ ਦੀ ਸੇਵਾ ਕੀਤੀ। ਉਹਨਾਂ ਨੇ ਉਦੋਂ ਵੱਡਿਆਂ ਦੀ ਕੀਤੀ, ਉਹਨਾਂ ਨੇ ਉਦੋਂ ਵੱਡਿਆਂ ਦੀ ਕੀਤੀ। ਫਿਰ ਅਖੀਰ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਉਹਨਾਂ ਨੇ ਕਿੱਥੋਂ ਲਿਆ? ਉਹਨਾਂ ਨੂੰ ਅਰਥ ਕਿੱਥੋਂ ਸਿੱਖਲੇ? ਉਹਨਾਂ ਨੇ 10ਵੇਂ ਪਾਤਸ਼ਾਹ ਤੋਂ ਸਿੱਖੇ। ਇਹ ਤਾਂ ਚੱਲੀ ਆਉਂਦੀ ਰੀਤੀ ਭਈ ਚੱਲੀ ਤਾਂ ਗੱਲ ਗੁਰਾਂ ਤੋਂ ਹੀ ਆ ਨਾ ਗੁਰੂ ਨਾਨਕ ਸਾਹਿਬ ਨੇ ਧੁਰ ਕੀ ਬਾਣੀ ਦੁਨੀਆਂ 'ਚ ਪ੍ਰਗਟ ਕੀਤੀ ਐ ਗੁਰੂ ਅੰਗਦ ਦੇਵ ਜੀ ਨੇ ਅੱਗੇ ਲਿਪੀ ਬਣਾਈ ਤੀਜੇ ਪਾਤਸ਼ਾਹ ਨੇ ਪ੍ਰਚਲਿਤ ਕੀਤੀ ਚੌਥੇ ਪੰਜਵੇਂ ਆਨੇ ਸਰੂਪ ਰਚਿਆ ਸਾਰੇ ਸਰੂਪਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਹੌਲੀ-ਹੌਲੀ ਉਹਨਾਂ ਵਿੱਚੋਂ ਗੁਰਸਿੱਖ ਬਾਬਾ ਬੁੱਢਾ ਜੀ ਵਰਗੇ ਹੋਏ ਭਾਈ ਗੁਰਦਾਸ ਜੀ ਹੋਏ ਪਈ ਮੀਰੀ ਚੰਦ ਹੋਏ ਉਹਨਾਂ ਤੋਂ ਅਸੀਂ ਸਿੱਖਿਆ ਭਈ ਸਾਰਿਆਂ ਨੇ ਅੱਗੇ 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 ਸਾਰੇ ਸਿੱਖ ਦੇ ਤੁਰੇ ਆਉਂਦੇ ਨੇ ਸੋ ਇਸ ਕਰਕੇ ਜਿਹੜੇ ਨੇ ਰੱਬ ਦੇ ਪਿਆਰੇ ਸੰਤ ਮਾਤਮਾ ਗੁਰਸਿੱਖ ਉਹਨਾਂ ਕੋਲੋਂ ਜਾ ਕਰਕੇ ਮਿਲਿਏ ਤੇ ਪ੍ਰਾਪਤੀ ਕਰੀਏ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਦੇਣ ਜੋ ਗੁਰੂ ਜੇ ਸਤਗੁਰੂ ਮਹਾਰਾਜ ਨੇ ਮੁਕਤੀ ਪਦਾਰਥ ਦੇਣ ਨੂੰ ਕਾਮ ਦੇਣ ਗਊ ਵਾਂਗੂ ਨੇ ਕਿਉਂਕਿ ਵਿਆਕਰਨ ਦੀ ਰੀਤੀ ਅਨੁਸਾਰ ਤੱਤਾ, ਥੱਥਾ, ਦੱਦਾ, ਧੱਦਾ, ਨੰਨਾ ਇਹ ਪੰਜ ਅੱਖਰ ਸਵਰਣੀ ਨੇ ਧੇਨ ਦੀ ਜਗ੍ਹਾ ਅਰਥ ਵਾਸਤੇ ਦੇਣ ਕਰ ਲੈਣ ਆਦਕ ਅੱਖਰ ਜਿਹੜੇ ਜੋੜੀ ਦੇ ਨੇ ਇਸ ਪ੍ਰਕਾਰ ਕਿ ਗੁਰੂ ਸਾਹਿਬ ਜੀ ਮੁਕਤੀ ਪਦਾਰਥ ਦੇ ਦੇਣ ਵਾਲੇ ਨੇ ਧੇਨ ਜੇ ਕੋਈ ਸ਼ੰਕਾ ਕਰੇ ਕਿ ਕਾਮ ਧੇਨ ਗਊ ਹੋਰ ਸਭ ਪਦਾਰਥ ਦਿੰਦੀ ਪਰ ਮੁਕਤੀ ਨਹੀਂ ਦਿੰਦੀ ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਸਾਰਿਆਂ ਪਦਾਰਥਾਂ ਦੇ ਦੇਣ ਨੂੰ ਕਾਮ ਤੈਨ ਗਊ ਵਾਂਗੂ ਨੇ ਤੇ ਮੁਕਤੀ ਪਦਾਰਥ ਝੁੰਗੇ ਚ ਹੀ ਦੇ ਦਿੰਦੇ ਨੇ ਸਿੱਖ ਨੂੰ ਆ ਤਾਂ ਜਾ ਸਤਗੁਰੂ ਤਾਂ ਬੈਠੇ ਨੇ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਸੁਣਿਆ ਛੇਵੇਂ ਪਾਤਸ਼ਾਹ ਨੇ ਭਾਈ ਗੋਪਾਲਾ ਜੀ ਨੇ ਪਾਠ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਇੱਛਾ ਕਰ ਲਈ ਘੋੜਾ ਮਿਲੇ ਕਾਠੀ ਮਿਲੇ ਸਵਾ ਸਵਾ ਲੱਖ ਰਿਆ ਦੋਵੇਂ ਚੀਜ਼ਾਂ ਉਹ ਤਾਂ ਦੇਣੀ ਹੀ ਦੇਣੀ ਸੀ ਮਹਾਰਾਜ ਨੇ ਕਿਹਾ ਤੈਨੂੰ ਬ੍ਰਹਮ ਗਿਆਨ ਦਿੱਤਾ ਤੇਰੀਆਂ 21 ਕੁਲਾਂ ਤਾਰੀਆਂ ਤੇ ਰਾਹ ਕੀਤਾ ਕੀਤਾ ਜਿਉਂ ਵਰਾਂ ਦੀ ਝੜੀ ਲਾਈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਆਮ ਤੇਨ ਕਿਤੇ ਇੱਕ ਇਹਨਾਂ ਦੇ ਬੱਗਾ ਤੇ ਬੱਗ ਫਿਰਦੇ ਨੇ ਪਰ ਆਮ ਜਿਹੜੇ ਮੋٹے ਦਿਮਾਗ ਵਾਲੇ ਬੰਦੇ ਆ ਉਹ ਨਾ ਹੀ ਇਹੀ ਜੀ ਗੱਲ ਸੁਣਨ ਤੇ ਨਾ ਹੀ ਕਰਨ ਕਿਉਂਕਿ ਉਹਨਾਂ ਨੂੰ ਤਾਂ ਵਿਚਾਰਨ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਜਦੋਂ ਸਮਾਧੀਆਂ ਲੱਗਦੀਆਂ ਗੁਰਸਿੱਖਾਂ ਦੀਆਂ ਤਾਂ ਇਹ ਸਭ ਕੁਝ ਦੇਖ ਲੈਂਦੇ ਨੇ ਕੀ ਕੀ ਹੈ ਕਿੱਥੇ ਹੈ ਕਿਵੇਂ ਹੈ ਪਰ ਬਈ ਸਾਰਾ ਕੁਝ ਜਿਤੜੇ ਫਲ ਮਨ ਵਾਂਛੀ ਐ ਤਿਤੜੇ ਸਤਗੁਰੂ ਪਾਸ ਇਹ ਤਾਂ ਕਾਮ ਤੈਨ ਦੀ ਲੋੜ ਤਾਂ ਪਈ ਜਦੋਂ ਸਤਿਗੁਰੂ ਨਹੀਂ ਸੇ ਮਿਲੇ ਆਪਾਂ ਨੂੰ ਜਦ ਸਤਿਗੁਰੂ ਹੀ ਮਿਲ ਗਏ ਤਾਂ ਕਾਮ ਤੈਨ ਦੀ ਕੀ ਹੁਣ ਲੋੜ ਹੈ ਫਿਰ ਤਾਂ ਸਤਿਗੁਰੂ ਹੀ ਨੇ ਸਾਡੇ ਕੋਲੇ ਲక్ష్ਮੀ ਦੀ ਲੋੜ ਤਾਂ ਸੀ ਕਿ ਉਦੋਂ ਲੋਕਾਂ ਕੋਲ ਨਹੀਂ ਸੀ ਬਾਣੀ ਤੇ ਹੁਣ ਜਦ ਸਾਡੇ ਕੋਲ ਹੈ ਹੀ ਬਾਣੀ ਤੇ ਬਾਣੀ ਸਾਡੀ ਸਾਰੀ ਗੁਰਈਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਮਹਾਰਾਜ ਕਹਿੰਦੇ ਸਾਰਾ ਕੁਝ ਗੁਰਬਾਣੀ ਮੰਨ ਲਓ ਬਸ ਉਹ ਤਪਚਾਰੀਆਂ ਆਪ ਚੀਜ਼ਾਂ ਗੁਰਾਂ ਦੇ ਕੋਲੋਂ ਲੈ ਕੇ ਜਾਂਦੀਆਂ ਵੰਡ ਦਿੰਦੀਆਂ ਫੇਰ ਲੈ ਕੇ ਜਾਂਦੀਆਂ ਫੇਰ ਵੰਡ ਦਿੰਦੀਆਂ ਇੱਥੋਂ ਹੀ ਲੈ ਕੇ ਜਾਂਦੀਆਂ ਕਾਮ ਤੇਣ ਕਿਹੜਾ ਕਿਤੋਂ ਹੋਰ ਲੈਣ ਜਾਂਦੀਂ ਦੇਵੀਆਂ ਕਿਹੜਾ ਕਿਤੋਂ ਹੋਰ ਲੈਣ ਜਾਂਦੀਆਂ ਨੇ ਗੁਰੂ ਦੇ ਦਰ ਤੇ ਝਾੜੂ ਦੇ ਕੇ ਸਾਰੀਆਂ ਇੱਥੋਂ ਸ਼ਕਤੀਆਂ ਭਰ ਕੇ ਝੋਲੀਆਂ ਦੁਨੀਆ 'ਚ ਵੰਡ ਕੇ ਆਪਣੇ ਆਪ ਨੂੰ ਕਹੋਂਦੀਆਂ ਮੈਂ ਦਾਤਾ ਮੈਂ ਦਾਤੀ ਪਰ ਅਸਲ ਵਿੱਚ ਦਾਤਾ ਤਾਰ ਤਾਈਓ ਤੁਹਾਡਾ ਨਾਮ ਦਾਤਾ ਤਾਰ ਜੋ ਦਾਤਿਆਂ ਦਾ ਵੀ ਦਾਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਦਾਤਿਆਂ ਦੇ ਦਾਤੇ ਨੇ ਵੱਡੇ ਨੇ ਪਹਿਚਾਣਨ ਵਿੱਚ देर ਲੱਗ ਜਾਂਦੀ ਬਸ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਤ ਸਭਾ ਗੁਰ ਪਾਈ ਹੈ ਸੰਤਾਂ ਦੀ ਸਭਾ ਵਿੱਚ ਮਿਲ ਕੇ ਗੁਰੂ ਦੀ ਪ੍ਰਾਪਤੀ ਅਤੇ ਗੁਰੂ ਦੀ ਸੇਵਾ ਦਾ ਤਰੀਕਾ ਸਿੱਖੀਦਾ ਐਵੇਂ ਤਾਂ ਨਹੀਂ ਭੱਜੇ ਫਿਰਦੇ ਰਏ ਇੰਨੇ ਮਹਾਤਮਾ ਕੋਲ ਇੱਥੇ ਜਾ ਉੱਥੇ ਜਾ ਪ੍ਰਕਾਸ਼ ਕਿਵੇਂ ਕਰਨਾ ਸੁਖਾਸਨ ਕਿਵੇਂ ਕਰਨਾ ਉਹਦੇ ਵਿੱਚ ਵੀ ਅੱਗੇ 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 ਬਹੁਤ ਤਰੀਕੇ ਨੇ ਸਿਰਫ ਪ੍ਰਕਾਸ਼ ਤੇ ਸੁਖਾਸਨ ਕਰਨਾ ਹੀ ਸਿੱਖ ਲਈਏ ਇੰਨਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਇਸ ਕਰਕੇ ਕਈਆਂ ਤੇ ਇਹ ਨਹੀਂ ਪਤਾ ਕਿ ਮਹਾਰਾਜਾ ਸਰੂਪ ਫਲੰਗ ਤੇ ਰੱਖਣਾ ਕਿਹੜੇ ਪਾਸੇ ਨੂੰ ਆ ਇੰਨਾ ਵੀ ਨਹੀਂ ਪਤਾ ਹੁੰਦਾ ਜਪਜੀ ਸਾਹਿਬ ਵਾਲਾ ਪਾਸੇ ਸਹਰਾਣੇ ਵੱਲ ਨੂੰ ਕਰਕੇ ਰੱਖੀਦਾ ਉਧਰ ਨੂੰ ਸਰੂਪ ਕਰਕੇ ਰੱਖਣਾ ਹੁੰਦਾ ਆਪਾਂ ਤਾਂ ਉਹਦੇ ਹੀ ਰੱਖਿਆ ਉਹਨੇ ਜਿੱਧਰ ਜੀ ਕੀਤਾ ਰੱਖਿਆ ਦਾ ਬਸ ਫੇਰ ਅਖੇ ਰਾਤ ਨੀਂਦ ਨਹੀਂ ਆਈ ਪਰੇਸ਼ਾਨੀ ਜੈ ਸਰੂਪ ਨਹੀਂ ਸਹੀ ਢੰਗ ਨਾਲ ਸੇਵਾ ਕੀਤੀ ਨਨਕਾਣਾ ਸਾਹਿਬ ਬਹੁਤ ਸਾਲਾਂ ਦੀ ਗੱਲ ਪਾਠੀ ਸਿੰਘ ਨੇ ਗ੍ਰੰਥੀ ਨੇ ਕਾਹਲੀ ਨਾਲ ਸੁਖਾਸਨ ਕੀਤਾ ਪੱਤਰਾ ਮੁੜ ਗਿਆ ਵਿੱਚ ਰਾਤ ਨੂੰ ਛਾਲਾ ਮਾਰ ਮਾਰ ਉੱਠੇ ਫੇਰ ਉੱਠ ਜੇ ਫੇਰ ਬਹਿ ਜੇ ਕਹੇ ਨੀਂਦ ਨਹੀਂ ਆਉਂਦੀ ਫੇਰ ਖਿਆਲ ਆਇਆ ਮਨ 'ਚ ਕਿ ਸੇਵਾ ਵਿੱਚ ਕੋਈ ਕਤਾ ਹੀ ਰਹੇਗੀ ਅਰਦਾਸ ਕਰਕੇ ਜਾ ਕੇ ਰਾਤ ਨੂੰ 12 ਵਜੇ ਸਰੂਪ ਸੁਖਾਸਣ ਤੇ ਪ੍ਰਕਾਸ਼ ਕਰਕੇ ਜਦ ਦੇਖਿਆ ਤਾਂ ਇੱਕ ਪੱਤਰਾ ਮੁੜਿਆ ਹੋਇਆ ਹੈ ਉਹ ਸਿੱਧਾ ਕੀਤਾ ਫਿਰ ਆਮ ਨਾਲ ਸੁੱਤਾ ਇਸ ਕਰਕੇ ਕਈ ਰਾਤ ਨੂੰ ਆ ਜਿਹੜੇ ਲੋਕ ਪੀੜੇ ਦੇ ਉੱਤੇ ਹੀ ਮਹਾਰਾਜ ਦਾ ਸੁਖਾਸਣ ਕਰਦੇ ਘਰਾਂ 'ਚ ਕੋਈ ਇੱਕ ਦਫਾ ਫੋਨ ਆਇਆ ਕਹਿੰਨੇ ਕਲੋਜ਼ਟ ਵਿੱਚ ਹੀ ਰੱਖਿਆ ਹੋਇਆ ਮਹਾਰਾਜ ਸਰੂਪ ਬਸ ਉਹ ਜੇ ਸੇਵਾ ਨਹੀਂ ਕਰਨੀ ਆਉਂਦੀ ਗੁਰੂ ਘਰ ਸਰੂਪ ਦੇ ਦਿਓ ਨਾ ਆਪਣੀ ਜ਼ਿੰਦਗੀ ਖਰਾਬ ਕਰੋ ਨਾ ਨਰਕਾਂ ਦੇ ਰਾਹ ਖੋਲੋ ਮਹਾਰਾ ਸੱਚੇ ਪਾਤਸ਼ਾਹ ਦੀ ਸੇਵਾ ਤਾਂ ਬਹੁਤ ਕਰਮਾਂ ਨਾਲ ਮਿਲਦੀ ਹੈ ਭਾਗਾ ਨਾਲ ਮਿਲਦੀ ਹੈ ਇਸ ਕਰਕੇ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਬਹੁਤ ਵੱਡਾ ਹੈ ਪ੍ਰਮਾਤਮਾ ਉੱਚਾ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਕਹਿੰਦੇ ਸਾਰੀਆਂ ਜੂਨੀਆਂ ਤੋਂ ਉੱਚਾ ਸੋਹਣਾ ਸਥਾਨ ਪਹਿਲਾਂ ਤਾਂ ਮਨੁੱਖਾ ਦੇ ਹੀ ਹੈ ਇਦੇ ਉੱਪਰ ਮਰਾਰੀ ਦਾ ਮਹਿਲ ਅੰਤਹਿ ਕਰਨ ਹੈ ਫਿਰ ਉੱਚਾ ਥਾਨ ਸੁਹਾਵਣਾ ਸਾਰਿਆਂ ਅੰਗਾ ਤੋਂ ਉੱਚਾ ਸੁਹਾਵਣਾ ਸਥਾਨ ਅੰਤਹਿ ਕਰਨ ਉੱਪਰ ਮਹਿਲ ਮਰਾਰ ਉਹਦੇ ਉੱਪਰ ਮਰਾਰੀ ਮਹਿਲੀ ਆਪ ਇਸਤਿਤ ਪ੍ਰਮਾਤਮਾ ਉੱਚਾ ਥਾਨ ਸੁਹਾਵਣਾ ਸਾਰੀਆਂ ਜੂਨੀਆਂ ਤੋਂ ਉੱਚਾ ਸੁਹਾਵਣਾ ਸਥਾਨ ਮਨੋੱਖਾ ਦੇ ਹੀ ਉੱਪਰ ਮਹਿਲ ਮਰਾਰ ਇਹਦੇ ਉੱਪਰ ਮਰਾਰੀ ਦਾ ਮਹਿਲ ਹੈ ਦਸਮ ਦਵਾਰ ਸਾਰੇ ਸਰੀਰ ਤੋਂ ਉੱਚਾ ਸੁਭਾਵਨਾ ਸਥਾਨ ਹੈ ਦਸ਼ਮ ਦਵਾਰ ਇਹਦੇ ਉੱਪਰ ਮਰਾਰੀ ਮਹਿਲੀ ਆਪ ਸਥਿਤ ਹੈ ਪ੍ਰਮਾਤਮਾ ਬਹੁਤ ਲੋਕਾਂ ਨੂੰ 99% ਲੋਕਾਂ ਨੂੰ ਤਾਂ ਇਹਦੇ ਬਾਰੇ ਹੀ ਨਹੀਂ ਗਿਆਨ ਆ ਦਸ਼ਮ ਦਵਾਰ ਵਾਲੇ ਬੜਾ ਰੌਲਾ ਪਾਉਂਦੇ ਸਾਰੇ ਜਾਣੇ ਕਿਉਂ ਕਰੇ ਦੇਖਿਆ ਤੇ ਕੱਖ ਵੀ ਨਹੀਂਗਾ ਇੱਕ ਨੇ ਸੁਣਿਆ ਦੂਜੇ ਨੇ ਰੌਲਾ ਤੀਜੇ ਨੇ ਹੋਰ ਪਾਇਆ ਚੌਥੇ ਨੇ ਹੋਰ ਪਾਇਆ ਪਤਾ ਤਾਂ ਕਿਸੇ ਨੂੰ ਵੀ ਨਹੀਂ ਜਦੋਂ ਅਸਲੀਅਤ ਦੱਸਦੇ ਅੱਛਾ ਉਹ ਸੰਨ ਦਾ ਫਲਾਣੇ ਨੇ ਕਿਹਾ ਸੀ ਬਸ ਇਹ ਫਲਾਣਿਆਂ ਢਮਕੀਆਂ ਦੇ ਮਗਰ ਲੱਗ ਲੱ ਕੇ ਆਪਣਾ ਬਿਲਕੁਲ ਹੀ ਹੋਰ ਪਾਸੇ ਚਲੇ ਜਾਂਦੇ ਨੇ ਮਹਾਰਾਜ ਤੋ ਤਾਂ ਪੁੱਛ ਲਓ ਪਹਿਲਾਂ ਇਹ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਕਹਿੰਦੇ ਨੇ ਆਪ ਹੀ ਨਾਮ ਦਾ ਅਭਿਆਸ ਕਰਕੇ ਇਹ ਦੇਖ ਲਓ ਗੱਲ ਹੀ ਮੁਕਾਓ ਜਾਂ ਮੂਲ ਮੰਤਰ ਦਾ ਪਾਠ ਕਰੋ ਤਾਂ ਬਹੁਤ ਜ਼ਿਆਦਾ ਤੇ ਤੁਹਾਨੂੰ ਖੁਦ ਹੀ ਦਿਖ ਜਾਣਾ ਸਾਰਾ ਕੁਝ ਆਪਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਣੀ ਉੱਚਾ ਥਾਨ ਸੁਹਾਵਣਾ ਸਾਰੀ ਧਰਤੀ ਤੋਂ ਉੱਚਾ ਸੁਹਾਵਣਾ ਸਥਾਨ ਹੈ ਭਾਰਤਖੰਡ ਦੀ ਭੂਮੀ ਇਹਦੇ ਉੱਪਰ ਮਰਾਰੀ ਦਾ ਮਹਿਲ ਹੈ ਸਤਸੰਗਤ ਹਰਮੰਦਰ ਸਾਹਿਬ ਸਾਰਿਆਂ ਤੋਂ ਉੱਚਾ ਥਾਂ ਸਥਾਨ ਸਤਸੰਗ ਇਹਦੇ ਉੱਪਰ ਮਰਾਜ ਦਾ ਮਹਿਲ ਹੀ ਆਪ ਇਸਤਿਤ ਪਰਮਾਤਮਾ ਸੰਗਤ ਵਿੱਚ ਬੈਠਾ ਹੈ ਉੱਚਾ ਥਾਂ ਸਾਰਿਆਂ ਤੋਂ ਸੁਹਾਵਣਾ ਸਥਾਨ ਹੈ ਸੁਮੇਰ ਪਰਬਤ ਇਹਦੇ ਉੱਤੇ ਹੈ ਬੈਕੁੰਠ ਧਾਮ ਪਰਮੇਸ਼ਰ ਦਾ ਆਪਣਾ ਉੱਚਾ ਥਾਂ ਕਿਹੜਾ ਸਾਰਿਆਂ ਤੋਂ ਪਰਮਾਤਮਾ ਦਾ ਬੈਕੰਠ ਧਾਮ ਤੋਂ ਵੀ ਉੱਪਰ ਕਿਉਂਕਿ ਦੋ ਅਰਥ ਕਰਨੇ ਪੈਣੇ ਆ ਨਾ ਇੱਕ ਤਾਂ ਉੱਚਾ ਥਾਂ ਦੱਸਣਾ ਫਿਰ ਉੱਚੇ ਤੋਂ ਫਿਰ ਉੱਚਾ ਦੱਸਣਾ ਇਸ ਕਰਕੇ ਬੈਕੰਠ ਧਾਮ ਹੈ বিষ্ণੂ ਦਾ ਉੱਪਰ ਮਹਿਲ ਮੁਰਾਰ ਇਹਦੇ ਉੱਪਰ ਮਰਾਰੀ ਦਾ ਮਹਿਲ ਹੈ ਪ੍ਰਮਾਤਮਾ ਦਾ ਮਹਿਲ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤੰਤ ਨਾ ਅੰਤ ਉਹ ਬੰਦੇ ਦਾ ਹੀ ਅੰਤ ਹੋ ਜਾਂਦਾ ਮਹਾਰਾਜ ਫਿਰ ਪ੍ਰਾਪਤੀ ਦੇ ਹੁਣ ਢੰਗ ਦੱਸਦੇ ਨੇ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਕਹਿੰਦੇ ਸੱਚੀ ਭਗਤੀ ਰੂਪ ਕਰਨੀ ਦੇ ਕਰਨ ਨਾਲ ਨਾ ਅੰਤਹਿ ਕਰਨ ਰੂਪੀ ਘਰ ਦੇ ਅੰਦਰ ਹੀ ਮਹਿਲ ਪਿਆਰ ਪਰਮੇਸ਼ਰ ਦਾ ਪਿਆਰ ਪਾਈਦਾ ਅੰਤਹਿ ਕਰਨ ਆਪਣੇ ਅੰਦਰ ਹੈ ਹਿਰਦਾ ਅੰਤਹਿ ਕਰਨ ਦਾ ਮਤਲਬ ਚਤੁਰਸਟਾ ਚਤੁਰਸਟ ਦੇ ਭਾਵ ਦਾ ਮਨ ਬੁੱਧ ਚਿੱਤ ਹੰਕਾਰ ਇਹ ਚਾਰ ਚੀਜ਼ਾਂ ਨੂੰ ਮਿਲਾ ਕੇ ਬਣਦਾ ਅੰਤਹਿ ਕਰਨ ਅੰਤਿਸ਼ ਕਰਨ ਰੂਪੀ ਭਾਂਡਾ ਸੋ ਭਾਂਡੇ ਦੇ ਅੰਦਰ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਵੋ ਸੱਚ ਕਰਨੀ ਦੇ ਪਾਈ ਹੈ ਸੱਚੀ ਭਗਤੀ ਰੂਪੀ ਕਰਨੀ ਨਾਲ ਅੰਤਿਸ਼ ਕਰਨ ਰੂਪੀ ਘਰ ਦੇ ਅੰਦਰ ਹੀ ਪਰਮੇਸ਼ਰ ਦਾ ਪਿਆਰ ਪ੍ਰਾਪਤ ਹੋ ਜਾਂਦਾ ਗੁਰਮੁਖ ਮਨ ਸਮਝਾਈ ਆ ਆਤਮ ਰਾਮ ਵੀ ਚਾਰ ਨਾਨਕ ਗੁਰਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਆਤਮ ਜੋ ਨਾ ਜੀਵਾਤਮਾ ਤੇ ਰਾਮ ਪਰਮੇਸ਼ਰ ਦੋਹਾਂ ਦੇ ਅਪੇਤਾ ਦਾ ਜਿਹੜਾ ਵਿਚਾਰ ਹੈ ਨਾ ਇਹ ਸਤਿਗੁਰੂ ਦੁਆਰਾ ਆਪਣੇ ਮਨ ਨੂੰ ਸਮਝਾਈਏ ਬੈਠ ਕੇ ਮੈਂ ਆਤਮਾ ਹਾਂ ਉਹ ਪ੍ਰਮਾਤਮਾ ਹੈ ਇਹ ਕਹਦੇ ਬਹਿ ਕੇ ਸਮਝਾਇਆ ਵੀ ਕਰੋ ਨਾ ਇਕੱਲੇ ਆਪਣੇ ਆਪ ਨੂੰ ਤੇ ਭਈ ਉਹ ਪ੍ਰਮਾਤਮਾ ਹੈ ਸਮੁੰਦਰ ਵਾਂਗ ਹੈ ਮੈਂ ਇੱਕ ਬੂੰਦ ਵਾਂਗੂ ਮੈਂ ਬੂੰਦ ਹੋ ਕੇ ਦੁਖੀ ਹੋ ਰਹਾ ਬੂੰਦ ਦੇ ਉੱਡ ਜਾਣ ਦਾ ਡਰ ਹੈ ਬੂੰਦ ਦੇ ਤਵੇ ਦੇ ਉੱਤੇ ਬੂੰਦ ਪਾਓ ਸੜ ਜਾਂਦੀ ਹੈ ਇਸੇ ਪ੍ਰਕਾਰ ਮਾੜਾ ਜਿਹਾ ਪਾਣੀ ਪਿਆ ਆਵੇ ਠੂਠੇ ਚ ਉਹ ਪਾਣੀ ਗੰਦਾ ਹੋ ਜਾਂਦਾ ਕਿਰਮ ਪੈ ਜਾਂਦੇ ਨੇ ਸੁੱਕ ਜਾਂਦਾ ਠੰਡ ਪਈ ਤੋਂ ਬਿਲਕੁਲ ਹੀ ਠੰਡਾ ਗਰਮੀ ਤੋਂ ਬਿਲਕੁਲ ਹੀ ਗਰਮ ਜੇ ਉਹ ਸਮੁੰਦਰ ਵਿੱਚ ਮਿਲ ਜਾਵੇ ਬੂੰਦ ਤਾਂ ਨਾ ਉਹ ਠੰਡਾ ਨਾ ਗਰਮ ਨਾ ਉਹ ਮੁੱਕਣ ਦਾ ਡਰ ਨਾ ਸੁੱਕਣ ਦਾ ਡਰ ਨਾ ਉੱਡਣ ਦਾ ਡਰ ਨਾ ਉਹ ਗੰਦੇ ਹੋਣ ਦਾ ਡਰ ਇਸ ਕਰਕੇ ਸਤਿਗੁਰੂ ਕਹਿੰਦੇ ਬਹਿ ਕੇ ਧਿਆਨ ਦਿਓ ਕਿ ਮੈਂ ਆਤਮਾ ਹਾਂ ਤੇ ਮੈਂ ਪ੍ਰਮਾਤਮਾ ਵਿੱਚ ਲੀਨ ਹੋਣਾ ਤੇ ਮੈਂ ਲੀਨ ਹੋਣ ਲਈ ਕੀ ਕਰਾਂ ਤਰੇਬੇ ਦੇ ਕਰਮ ਕਮਾਈ ਹੈ ਆਸਾ ਦੇ ਸਾਹ ਹੋਏ ਕਹਿੰਦੇ ਹੁਣ ਸਿਮਰਨ ਕਰਨਾ ਉਹਨੂੰ ਮਿਲਣ ਲਈ ਲੋਕੀ ਕੀ ਕਰਦੇ ਨੇ ਜੀ ਕਹਿੰਦੇ ਨਾਮ ਸਿਮਰਨ ਤੋਂ ਬਿਨਾਂ ਲੋਕੀ ਰਾਜਸੀ ਸਾਤ ਕੀ ਤਾਮਸੀ ਕਾਇਕ ਬਾਚਕ ਮਾਨਸ ਰੂਪ ਤ੍ਰਿਬਦ ਤਿੰਨ ਪ੍ਰਕਾਰ ਦੇ ਕਰਮਾਂ ਦੇ ਕਮਾਉਣ ਕਰਕੇ ਪਹਿਲਾਂ ਸਵਰਗ ਲੋਕ ਜਾਣ ਦੀ ਆਸਾ ਹੁੰਦੀ ਬੰਦੇ ਦੀ ਫਿਰ ਜਿੰਨੇ ਸਾਲ ਸਵਰਗ ਲੋਕ ਦਾ ਸੁੱਖ ਭੋਗਣਾ ਹੁੰਦਾ ਉਹਨੇ ਫੁੱਲਾਂ ਦੀ ਮਾਲਾ ਉਹਦੇ ਗਲ 'ਚ ਪਾ ਦਿੰਦੇ ਨੇ ਇੱਕ ਸਾਲ ਪਿੱਛੋਂ ਇੱਕ ਫੁੱਲ ਸੁੱਕ ਜਾਂਦਾ ਜਿਉਂ-ਜਿਉਂ ਫੁੱਲ ਸੁੱਕਦੇ ਜਾਂਦੇ ਨੇ ਤਿਉਂ-ਤਿਉਂ ਸਰਗ ਚੋਂ ਫੇਰ ਡਿੱਗਣ ਦਾ ਅੰਦੇਸਾ ਹੋ ਜਾਂਦਾ ਉਹ ਥੱਲੇ ਸੁੱਟ ਦਿੰਦੇ ਮੁੜ ਕੇ ਜਾ ਵਈ ਤੇਰਾ ਕੰਮ ਖਤਮ ਹੋ ਗਿਆ ਚੱਲ ਜਾ ਇੱਥੋਂ ਹੁਣ ਜਿੰਨਾ ਦਿੱਤਾ ਸੀ ਉਹਨਾਂ ਖਾ ਲਿਆ ਤੂੰ ਇਸ ਕਰਕੇ ਜਿੰਨੇ ਵੀ ਕਰਮ ਨੇ ਇੰਨਾ ਚ ਤਿੰਨ ਤਰ੍ਹਾਂ ਦੇ ਦੋਸ਼ ਆ ਜਾਂਦੇ ਨੇ ਅਸਹਿਤਾ ਖੀਣਤਾ ਅਛੈਤਾ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਸਾਰੇ ਕਰਮਾਂ ਨਾਲੋਂ ਇੱਕ ਨਾਮ ਹੀ ਸਾਡੇ ਵਿਚਾਰ ਪੁਲ ਦਾ ਕੰਮ ਕਰਦਾ ਆਤਮਾ ਨੂੰ ਤੇ ਪ੍ਰਮਾਤਮਾ ਨੂੰ ਮਿਲਾਉਣ ਲਈ ਇੱਕ ਵਿਚਾਰ ਨਾਮ ਹੀ ਹੈ ਨਾਮ ਨਾਲ ਹੀ ਆਪਾਂ ਪ੍ਰਮਾਤਮਾ ਨੂੰ ਮਿਲ ਸਕਦੇ ਆ ਕਿਉਂਕਿ ਜਿਹੜੀ ਤ੍ਰਿਕੁਟੀ ਛੁੱਟਣੀ ਹੈ ਗੁਰੂ ਤੋਂ ਬਿਨਾਂ ਛੁੱਟਣੀ ਨਹੀਂ ਕਿਉਂ ਗੁਰ ਬਿਨ ਤ੍ਰਿਕੁਟੀ ਛੁੱਟਸੀ ਸਹਿਜ ਮਿਲਿਆ ਸੁਖ ਹੋਏ ਤਿੰਨ ਤਰ੍ਹਾਂ ਦੇ ਕਰਮ ਕਰਨੇ ਨਾਲ ਨੇ ਤ੍ਰਿਕੂਟੀ ਜਿਹੜੀ ਹੁੰਦੀ ਹੈ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਇਸ ਕਰਕੇ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਧਿਆਤਾ ਧਿਆਨ ਤੇ ਰੂਪ ਤ੍ਰਿਕੂਟੀ ਪੂਰਨ ਗੁਰਾਂ ਤੋਂ ਬਿਨਾਂ ਨਹੀਂ ਛੁੱਟਦੀ ਗਿਆਨ ਦੇ ਮਿਲਿਆ ਹੀ ਆਤਮ ਸੁਖ ਹੁੰਦਾ ਹੈ ਤ੍ਰਿਕੂਟੀ ਛੱਡ ਕੇ ਫੇਰ ਤਾਹਾਂ ਨੂੰ ਜਾਣਾ ਹੁੰਦਾ ਪ੍ਰਤੱਖ ਵੀ ਆਗਿਆ ਚੱਕਰ ਨੂੰ ਬਿੰਨ ਕੇ ਉਹਦੇ ਉੱਤੇ ਤ੍ਰਿਕੂਟੀ ਤ੍ਰਿਕੂਟੀ ਤੋਂ ਅੱਗੇ ਜਾ ਕੇ ਦਸਮ ਦਵਾਰ ਉੱਥੇ ਜਾ ਕੇ ਮਨ ਖੀਵਾ ਹੁੰਦਾ ਜਿੱਥੇ ਮਸਤ ਹੁੰਦਾ ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਜਦੋਂ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਕਰਕੇ ਮਨ ਦੇ ਅੰਦਰੋਂ ਨਿਜ ਘਰ ਨੂੰ ਧੋਣਾ ਮੈਲ ਨੂੰ ਕਿਹੜੀ ਰਾਗ ਤੇ ਦਵੇਸ਼ ਪਾਪਾਂ ਨੂੰ ਕੀ ਮੈਲ ਨੂੰ ਧੋਣਾ ਜਦੋਂ ਇਹ ਜੀਵ ਆਪਣੇ ਅੰਤਿਸ਼ਕਰਨ ਰੂਪ ਘਰ ਦੇ ਵਿੱਚ ਸਰੂਪ ਨੂੰ ਪਛਾਣ ਲੈਂਦਾ ਨਾ ਅੰਦਰ ਅੰਤਿਸ਼ਕਰਨ ਹੈ ਮਨ ਬੁੱਧ ਚਿੱਤ ਹੰਕਾਰ ਚਤੁਸਟੇ ਇਹ 1 ਦੇ 4 9 ਨੇ ਅੱਗੇ 1 ਦੇ 4 9 ਕਿਵੇਂ ਹੋਗੇ ਕਹਰੇ ਦੁੱਧ ਦੁੱਧ ਤੋਂ ਦਹੀਂ ਮੱਖਣ ਪਨੀਰ ਖੋਆ ਉਹਦੇ ਤਾਂ ਜ਼ਿਆਦੇ ਰੂਪ ਬਣਾ ਲਓ ਇਸੇ ਤਰ੍ਹਾਂ ਹੈ ਇੱਕ ਮਨ ਪਹਿਲਾਂ ਤਾਂ ਹੋ ਗਿਆ ਮਨ ਜਦੋਂ ਇਹ ਸੰਕਲਪ ਵਿਕਲਪ ਕਰਦਾ ਤਾਂ ਮਨ ਹੈ ਤੇ ਜਦੋਂ ਇਹ ਸੰਸਾਰ ਨੂੰ ਸੱਚਾ ਨਿਸ਼ਚਾ ਕਰਦਾ ਤਾਂ ਇਹ ਬੁੱਧੀ ਹੈ ਜਦੋਂ ਕਹਿੰਦਾ ਮੈਂ ਇਹ ਗੱਲ ਦੀ ਚਿਤਵਣੀ ਕੀਤੀ ਤਾਂ ਚਿੱਤ ਬਣ ਜਾਂਦਾ ਇਸੇ ਦਾ ਹੀ ਜਦੋਂ ਕਹਿੰਦਾ ਮੈਂ ਵੀ ਕੋਈ ਚੀਜ਼ ਆ ਸੀ ਕਿਤੇ ਐਵੇਂ ਤੁਰੇ ਫਿਰਦੇ ਆ ਫੇਰ ਹੰਕਾਰ ਇਹ ਇੱਕੋ ਹੀ ਮਨ ਦੇ ਚਾਰ ਹਿੱਸੇ ਬਣਦੇ ਅਲੱਗ ਅਲੱਗ ਕਿਸਮਾਂ ਦੇ ਵਿੱਚ ਜਿਵੇਂ ਦੁੱਧ ਤੋਂ ਦਹੀਂ ਬਣਾਇਆ ਦਹੀਂ ਰਿੜਕਿਆ ਜ ਮੱਖਣ ਆਇਆ ਚਲੋ ਮੱਖਣ ਚੋਂ ਘਿਓ ਆਇਆ ਚਾਰ ਰੂਪ ਹੋ ਗਏ ਇਸੇ ਤਰ੍ਹਾਂ ਸਾਡੇ ਮਨ ਦੇ ਰੂਪ ਬਣਦੇ ਜਾਂਦੇ ਨੇ ਸਤਿਗੁਰੂ ਕਹਿੰਦੇ ਉਸ ਮਨ ਦੇ ਅੰਦਰ ਉਹ ਚਤੁਸਤੇ ਦੇ ਵਿੱਚ ਉਹਦੇ ਪਿੱਛੇ ਚਾਰ ਚੀਜ਼ਾਂ ਨੂੰ ਕਿਰਿਆ ਦੇਣ ਵਾਲੀ ਚੀਜ਼ ਕਿਹੜੀ ਆ ਮਨ ਦੇ ਅੰਦਰ ਸੰਕਲਪ ਵਿਕਲਪ ਨੂੰ ਪੈਦਾ ਕਰਨ ਵਾਲੀ ਸ਼ਕਤੀ ਕਿਹੜੀ ਆ ਬੁੱਧੀ ਨੂੰ ਇਹੋ ਪ੍ਰੇਰਣਾ ਕੌਣ ਦਿੰਦਾ ਕਿ ਸੰਸਾਰ ਸੱਚਾ ਹੈ ਇਹ ਕਿਹੜੀ ਲਾਈਟ ਆ ਪਿੱਛੇ ਫਿਰ ਇਸੇ ਪ੍ਰਕਾਰ ਚਿੱਤ ਨੂੰ ਕੌਣ ਚਿਤਵਣੀਆਂ ਦਿੰਦਾ ਹੈ ਸਾਡੇ ਮਨ ਦੇ ਅੰਦਰ ਇਹ ਕਿਉਂ ਆਉਂਦਾ ਰਹਿੰਦਾ ਕਿ ਮੈਂ ਹਾਂ ਮੈਂ ਹਾਂ ਮੈਂ ਹਾਂ ਦਾ ਜਾਪ ਕਿਉਂ ਕਰਦੇ ਇਹ ਚਾਰ ਦੇ ਪਿੱਛੇ ਇੱਕ ਕੌਣ ਆਤਮਾ ਆਤਮਾ ਹੀ ਲਾਈਟ ਹੈ ਉਹ ਜਾਣਾ ਤਾਂ ਆਪਾਂ ਉੱਥੇ ਤੱਕ ਆ ਕਹਿੰਦੇ ਲਾਈਟ ਤੱਕ ਜਾਣਾ ਆਪਾਂ ਇਹਨਾਂ ਚਾਰਾਂ ਨੂੰ ਛੱਡ ਕੇ ਮਨ ਨੂੰ ਇੱਕ ਕਰ ਲਓ ਚਾਰਾਂ ਨੂੰ ਛੱਡ ਦਿਓ ਹੰਕਾਰ ਛੱਡ ਦਿਓ ਚਿਤਵਣੀਆਂ ਛੱਡ ਦਿਓ ਕਹਿੰਦੇ ਮਨ ਦੇ ਅੰਦਰ ਜੋ ਆ ਰਿਹਾ ਬਾਰ-ਬਾਰ ਸਭ ਕੁਝ ਇੱਕ ਥਾਂ ਤੇ ਲਿਆ ਕੇ ਤਾ ਨਿਜ ਕਰ ਮਹਿਲ ਪਛਾਣੀਐ ਅੰਤਹਿ ਕਾ ਰੂਪ ਘਰ ਦੇ ਵਿੱਚ ਸਰੂਪ ਨੂੰ ਪਛਾਣ ਲੈਣਾ ਫਿਰ ਉਹ ਮੇਰਾ ਅਸਲ ਸਰੂਪ ਕੀ ਆ ਮੈਂ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਕਹਿੰਦੇ ਇਹ ਕੁਦਰਤੀ ਨਿਜਮ ਗੁਰਾਂ ਨੇ ਬਣਾਇਆ ਆਕਾਲ ਪੁਰਖ ਨੇ ਕਿ ਗੁਰਾਂ ਤੋਂ ਬਿਨਾ ਵਾਹਿਗੁਰੂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਵਾਹਿਗੁਰੂ ਨਾਮ ਤੋਂ ਬਿਨਾ ਸਰੂਪ ਰੂਪੀ ਮੈਲ ਨਹੀਂ ਉਤਰਦੀ ਮੈਲ ਉਤਰੇ ਤੋਂ ਬਿਨਾ ਸਰੂਪ ਰੂਪੀ ਘਰ ਵਿੱਚ ਵਾਸਾ ਨਹੀਂ ਹੁੰਦਾ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉਂ ਘਰ ਵਾਸ ਇਹ ਸਾਰਾ ਕੁਝ ਤਰਤੀਬ ਵਿੱਚ ਚੱਲਦਾ ਮਹਾਰਾਜ ਕਹਿੰਨੇ ਏਕੋ ਸ਼ਬਦ ਵੀ ਚਾਰੀਅ ਅਵਰਤਿਆ ਗੈ ਆਸ ਇਸ ਲਈ ਹੋਰ ਸਾਰੇ ਪਦਾਰਥਾਂ ਦੀ ਆਸਾ ਛੱਡ ਕੇ ਹੋਰ ਸਾਰਿਆਂ ਪਾਸਾਂ ਤੋਂ ਆਸਾ ਛੱਡ ਕੇ ਸਭ ਗੱਲਾਂ ਛੱਡ ਕੇ ਕਿ ਗੁਰਾਂ ਦੇ ਉਪਦੇਸ਼ ਦੀ ਹੀ ਵਿਚਾਰ ਕਰੋ ਬਸ ਇਸੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕੀ ਹੈ ਕੀ ਮੰਨਣਾ ਮੰਨਣਾ ਇਹੀ ਹੈ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹਦੇ ਉੱਤੇ ਜੀਵਨ ਨੂੰ ਢਾਲ ਲੈਣਾ ਉਹਦੇ 'ਚ ਹੁਣ ਭਾਵੇਂ ਘਾਟਾ ਪਵੇ ਭਾਵੇਂ ਵਾਧਾ ਹੋਵੇ ਕਈ ਵਾਰ ਆਪਾਂ ਨੂੰ ਲੋਕ ਕਹਿੰਦੇ ਫਿਰ ਜੀ ਰੋਟੀ ਕਿੱਥੋਂ ਖਾਵਾਂਗੇ ਜੇ ਅਸੀਂ ਆਹ ਕੰਮ ਛੱਡਤਾ ਇਹਦੇ ਬਿਨਾਂ ਤਾਂ ਰੋਟੀ ਨਹੀਂ ਟਾਟਾ ਤਾਂ ਦੇਖੋ ਪੈਣ ਆਈਆਂ ਜਦੋਂ ਆਪਾਂ ਗੁਰੂ ਸਾਹਿਬ ਦੇ ਆਸਰੇ ਤੁਰਨਾ ਮਰਿਆਦਾ ਵਿੱਚ ਤੁਰਨਾ ਤਾਂ ਕਈ ਗੱਲਾਂ ਪਹਿਲਾਂ ਗੜਬੜ ਹੋਣਗੀਆਂ ਫਿਰ ਹੌਲੀ-ਹੌਲੀ ਆਪੇ ਅਡਜਸਟ ਕਰਨੇ ਸਤਗੁਰੂ ਮਹਾਰਾਜ ਸਭ ਕੁਝ ਦੇਖਦੇ ਨੇ ਦੇ ਵੀ ਦਿੰਦੇ ਨੇ ਸਤਗੁਰੂ ਦੇਖਦੇ ਮੇਰੇ ਪਿੱਛੇ ਸਭ ਕੁਝ ਛੱਡਤਾ ਬਈਏ ਨੇ ਆ ਤਾਂ ਰੋਟੀ ਵੀ ਨਹੀਂ ਵਿਚਾਰੇ ਨੂੰ ਮਿਲਦੀ ਮੇਰੇ ਪਿੱਛੇ ਚੱਲ ਬਈ ਮੈਂ ਇਹਨੂੰ ਸਭ ਤੋਂ ਅਮੀਰ ਬਣਾ ਦੇਣਾ ਹੁਣ ਵੱਧ ਪੈਸਾ ਦੇਣਾ ਕਹੋ ਨਾ ਇਹ ਮੇਰੀ ਗੱਲ ਮੰਨੀ ਐ ਆਪਾਂ ਤਾਂ ਪਹਿਲੇ ਦਿਨ ਹੀ ਡੋਲ ਜਾਂਦੇ ਆ ਪਹਿਲੇ ਦਿਨ ਡੋਲਣ ਵਾਲਾ ਕਦੇ ਸਿੱਖ ਨਹੀਂ ਹੋ ਸਕਦਾ ਸਿੱਖ ਤਾਂ ਸਾਰੇ ਮੁਸੀਬਤਾਂ ਨੂੰ ਝੱਲਦਾ ਹੋਇਆ ਪਹਾੜਾਂ ਨੂੰ ਪਾੜ ਕੇ ਵੀ ਸਿੱਖੀ ਨੂੰ ਕਮਾਉਂਦਾ ਸਿੱਖ ਭਾਈ ਮੰਜਵਲ ਦੇਖੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਮਹਾਰਾਜ ਕਥਨ ਕਰਦੇ ਗੁਰੂ ਨਾਨਕ ਦੇਵ ਜੀ ਜਿਹੜੇ ਪੂਰਨ ਗੁਰੂ ਹੁੰਦੇ ਨੇ ਨਾ ਉਹ ਦੇਖ ਦਿਖਾਈਐ ਗਿਆਨ ਦ੍ਰਿਸ਼ਟੀ ਦਿਖਾਉਨੇ ਪੂਰੇ ਗੁਰੂ ਪਹਿਲਾ ਆਪ ਪਰਮੇਸ਼ਰ ਨੂੰ ਵੇਖਦੇ ਨੇ ਦੇਖ ਫਿਰ ਦਿਖਾਈਐ ਫਿਰ ਹੋਰਨਾਂ ਨੂੰ ਵਿਖਾਉਂਦੇ ਨੇ ਇਸ ਕਰਕੇ ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਗੁਰਨਾਨਕ ਦੇਵ ਜੀ ਨੇ ਆਪ ਨਿਰੰਕਾਰ ਨੇ ਨਿਰੰਕਾਰ ਨੂੰ ਦੇਖਿਆ ਭਾਵ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਤੇਰਾ ਨਾਮ ਕਹਿੰਦੇ ਗੁਰ ਪਰਮੇਸ਼ਰ ਹੈ ਮੇਰਾ ਨਾਮ ਪਾਰਬ੍ਰह्म ਪਰਮੇਸ਼ਰ ਹੈ ਇਸ ਕਰਕੇ ਨਿਰਗੁਣ ਸਰੂਪ ਪਾਰਬ੍ਰह्म ਪਰਮੇਸ਼ਰ ਸਰਗਣ ਰੂਪ ਗੁਰ ਪਰਮੇਸ਼ਰ ਗੁਰ ਪਰਮੇਸ਼ਰ ਪੂਜੀਆ ਮੰਤਨ ਲਾਏ ਪਿਆਰ ਮਹਾਰਾਜ ਕਹਿੰਦੇ ਇਸ ਕਰਕੇ ਬਲਿਹਾਰ ਜਾਈਏ ਪ੍ਰਮਾਤਮਾ ਤੋਂ ਗੁਰੂ ਸਾਹਿਬ ਤੋਂ ਕੁਰਬਾਨ ਜਾਓ ਜਿਨ੍ਹਾਂ ਨੇ ਆਪ ਨਿਰੰਕਾਰ ਨੂੰ ਦੇਖਿਆ ਤੇ ਸਿੱਖ ਨੂੰ ਦਿਖਾਇਆ ਸਿੱਖ ਨੂੰ ਨਿਰੰਕਾਰ ਦੇ ਲੜ ਲਾਇਆ ਆਪ ਨਿਰੰਕਾਰ ਸ੍ਰਿਸ਼ਟੀ ਤੇ ਆਇਆ ਸਰਗਣ ਰੂਪ ਧਾਰ ਕੇ ਸ਼ਬਦ ਦੇ ਰਾਹੀਂ ਨਿਰੰਕਾਰ ਨਾਲ ਜੋੜ ਕੇ ਨਿਰੰਕਾਰ ਵਿੱਚ ਹੀ ਸਿੱਖ ਨੂੰ ਮਿਲਾ ਦਿੱਤਾ ਇੱਕ ਮਿਕ ਹੋ ਗਏ ਸੱਚਖੰਡ ਦੇ ਵਾਸੀ ਬਣਾ ਦਿੱਤੇ ਇਹੋਂ ਗੁਰਾਂ ਨੇ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਸ਼ਬਦਾਂ ਦੇ ਰਾਹੀ ਕਿਉਂਕਿ 12ਵਾਂ ਸ਼ਬਦ ਸੀ ਇਸ ਕਰਕੇ ਇਸ 12ਵੇਂ ਸ਼ਬਦ ਦਾ ਧਿਆਨ ਰੱਖਣਾ 6ਵਾਂ 12ਵਾਂ ਤੇ 15ਵਾਂ ਭਾਵੇਂ ਪੋਥੀਆਂ ਵਿੱਚ ਛਾਉਣ ਵੇਲੇ ਗਲਤੀਆਂ ਹੋ ਜਾਂਦੀਆਂ ਨੇ ਮਹੱਲ ਪਹਿਲਾ ਸ੍ਰੀ ਰਾਗ ਮਹੱਲ ਪਹਿਲਾ 12ਵੇਂ ਸ਼ਬਦ ਚਾਉਂਦਾ ਅੱਗੇ 15ਵੇਂ ਚ ਆਵੇਗਾ ਇਸ ਕਰਕੇ ਜਦੋਂ ਪਾਠ ਕਰਨਾ ਪੈਨ ਚੁੱਕ ਕੇ ਇਹ ਨਹੀਂ ਕਰਨਾ ਕਿ ਮਹੱਲ ਲਿਖਿਆ ਮਾਲਾ ਹੀ ਕਰ ਦਈਏ ਜਾਂ ਜਿੱਥੇ ਲਿਖਿਆ ਮਾਲ ਧਿਆਨ ਦੇਣਾ ਉੱਥੇ ਗੁਰਾਂ ਨੇ ਇੰਨਾ ਉਪਦੇਸ਼ ਆਪਾਂ ਨੂੰ ਅੱਜ ਦਿੱਤਾ ਤਿੰਨ ਸ਼ਬਦਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਤਾਂ ਜਿੱਥੇ ਇੱਕ ਸ਼ਬਦ ਸੁਣਾਤਾ ਉੱਥੇ ਦੁਨੀਆ ਤਰ ਗਈ ਤੇ ਇੱਥੇ ਤੇ 12 ਸ਼ਬਦ ਹੋ ਚੁੱਕੇ ਹੁਣ ਤੱਕ ਤੇ 12 ਸ਼ਬਦਾਂ ਦਾ ਗਿਆਨ ਕਿੰਨਾ ਹੀ ਵੱਡਾ ਹੋ ਗਿਆ ਸਾਡੀ ਬੁੱਧੀ ਤੋਂ ਪਰੇ ਦਾ ਗਿਆਨ ਹੈ ਮਹਾਰਾਜ ਕਹਿੰਦੇ ਨਾਮ ਜਪੋ ਗੁਰ ਸ਼ਬਦ ਦੀ ਵਿਚਾਰ ਕਰਦੇ ਹੋਏ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਓ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ vahe guru